कोई नंबर नहीं है गाड़ी का, कोई कुछ नहीं है तुम्हारा? कितने नंबर में रहते हैं आप? गेट नंबर 2 के पास। कितना नंबर, कितना है लास्ट वाला फ्लैट जो है? नंबर कितना है मैं पूछ रहा हूँ। बदमाशी तो चलने नहीं देंगे हम बिल्कुल यहाँ। और क्या है अभी आपको बोला कि म्यूजिक बंद कर दो, आपने फिर लगा लिया। जब भी 2 मिनट के बाद सर म्यूजिक यार क्यों उन्हें जी, उन्होंने वो बंदा बुला लिया है कि कहना जी तुम जो करना करो अपनी कानूनी कार्रवाई, भी असी तो इतना ही करना। या तो मैं बेवकूफ हूँ यहाँ पे? एक मिनट बात सुन, बच्चे खेलते हैं सारा कुछ, लड़कियाँ, तुम ये म्यूजिक लगा के ऊंची ऊंची घूम रहे हो, 4-5 लोग, ऐसे अच्छा थोड़ी लगता है। गड्डी तुहाडी नंबर प्लेट है? नंबर प्लेट कल तो दसो जी, तो तुम गड्डी का रोक लो ठीक है, कोई चलान करो है, कोई चलान करो जे छोड़ इन्होंने कोई होटल बचाई है या कुछ है तुम वो मैं दसो। नहीं पता की मैं वही दस रहा, मेरी सुन लग यार पहला। एक जीप बिना नंबर तों घूम रही है ਤੇ ਜਿਹਦੇ ਵਿੱਚ ਬੱਚਿਆਂ ਨੇ ਕੁਛ ਸਪੀਕਰ ਉੱਚੀ ਵਾਜ ਲਾਇਆ ਸੀ। ਮੈਂ ਮੌਕੇ ਤੇ ਗਿਆ ਸੀ। ਉਹਨੇ ਮਤਲਬ ਨਹੀਂ ਹੈ ਮੇਰੀ ਗੱਡੀ ਮੇਰਾ ਆਵਾਜ਼ ਕਰਕੇ ਬਿਟ ਪੂਰੇ ਥੋੜੀ ਤੁਸੀਂ ਪੁੱਛ ਲੈਣਾ। ਨਹੀਂ ਨਹੀਂ ਆਵਾਜ਼ ਕਰਕੇ ਨਹੀਂ ਆਪ ਟੱਪ ਸਕਦੇ ਇੱਥੇ ਨੂੰ, ਮੈਂ ਤੁਹਾਨੂੰ ਦੱਸਾਂ। ਨਹੀਂ ਨਹੀਂ ਇਹ ਤਾਂ ਗੱਲ ਪ੍ਰੈਜ਼ੀਡੈਂਟ ਹੈ ਇੱਥੇ ਦਾ, ਮੈਂ ਤੁਹਾਨੂੰ ਦੱਸਾਂ। ਹੋਵੋਗੇ ਜੀ ਗੱਲ ਸੁਣੋ, ਅਸੀਂ ਇਲੈਕਸ਼ਨ ਹੀ ਲੜਦੇ ਹਾਂ। ਤੁਸੀਂ ਇਲੈਕਸ਼ਨ ਲੜਦੇ ਹੋ ਫਿਰ ਇੱਥੇ ਆਵਾਜ਼ ਕਰਕੇ ਨਹੀਂ ਲੰਘਣਾ ਗਲੀ ਜਿੰਨੂੰ ਇਦਾਂ। ਤੁਸੀਂ ਕੰਪਲੇਂਟ ਕਰੋ ਜੀ ਪੁਲਿਸ ਨੂੰ, ਜਿਹੜਾ ਤੁਹਾਡਾ ਹੱਕ ਮੰਗਦਾ ਹੈ। ਠੀਕ ਹੈ ਜੀ ਕੰਪਲੇਂਟ ਕਰਦੇ ਚੱਲੋ। ਤੇ ਇੱਥੋਂ ਮੁੰਡੇ ਨਿਕਲੇ ਆਪਣਾ ਖੁੱਲ੍ਹੀ ਜੀ ਜੀਪ 'ਚ, ਇੱਕ ਮੁੰਡਾ ਸਾਈਡ 'ਤੇ ਲਟਕ ਰਿਹਾ ਖੜ੍ਹਾ ਹੋਇਆ ਅਤੇ ਡੈੱਕ ਲਾਇਆ ਹੋਇਆ, ਅਤੇ ਮੈਂ ਅੱਗਿਓਂ ਰੋਕ ਲਏ। ਹਾਂਜੀ ਮੈਂ ਇੱਥੇ ਹੀ ਰੋਕ ਲਏ ਹੈਗੇ ਉਹ, ਵੀ ਕਾਕਾ ਕੀ ਗੱਲ, ਤੁਸੀਂ ਇਹ ਡੈੱਕ ਕਿਹੜੇ ਹਿਸਾਬ ਨਾਲ, ਇਹ ਕੋਈ ਨਵੀਂ ਚੀਜ਼ ਆ ਜਿਹੜੀ ਤੁਸੀਂ ਕਰਦੇ ਫਿਰਦੇ ਹੋ? ਅਤੇ ਮੈਨੂੰ ਕਹਿੰਦੇ ਜੀ ਅੰਕਲ ਕੋਈ ਖਾਸ ਨਹੀਂ ਹੈ, ਹਮਾਰੀ ਆਪਣੀ ਗਾੜੀ ਮੈਂ ਲਗਾ ਹੋਇਆ ਹੈ, ਕਸ਼ਮੀਰੀ ਮੁੰਡੇ ਨੇ, ਅਤੇ ਚਲੋ ਬੰਦ ਕਰ ਲੈਤੇ ਹੈ ਜੀ। ਉਹ ਬੰਦ ਕਰਕੇ ਥੋੜ੍ਹਾ ਜਿਹਾ ਅੱਗੇ ਜਾ ਕੇ ਉਹ ਮਾਰਕੀਟ ਕੋਲ ਖੜ੍ਹ ਕੇ ਉਹਨਾਂ ਨੇ ਫਿਰ ਆਵਾਜ਼ ਪੂਰੀ ਚੱਕਤੀ ਹੈਗੀ, ਉੱਥੇ ਖੜਾ ਲਈ ਗੱਡੀ। ਮੈਂ ਫਿਰ ਦੁਬਾਰੇ ਗਿਆ, ਜਦੋਂ ਦੇਖਿਆ ਮੈਂ ਗੱਡੀ ਦੇ ਪਿੱਛੇ ਨਾ ਕੋਈ ਨੰਬਰ ਪਲੇਟ, ਫਿਰ ਮੈਂ ਅੱਗੇ ਦੇਖਿਆ ਅੱਗੇ ਵੀ ਕੋਈ ਨੰਬਰ ਪਲੇਟ ਨਹੀਂ ਸੀ ਗੱਡੀ ਦੀ, ਅਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਗੱਡੀ ਤੁਹਾਡੀ ਤਾਂ ਫਿਰ ਪੁਲਿਸ ਨੂੰ ਦੱਸਣਾ ਪੈਣਾ ਹੈਗਾ, ਜਗ੍ਹਾ ਤੁਹਾਡਾ ਹੀ ਕੰਮ ਹੈਗਾ। ਅਤੇ ਕਹਿੰਦੇ ਜੀ ਤੁਸੀਂ ਆਹ ਗੱਲ ਕਰਿਓ, ਕੋਈ ਫੋਨ ਮੈਨੂੰ ਮਿਲਾ ਕੇ ਦਿੱਤਾ ਉਹਨਾਂ ਨੇ। ਮੈਂ ਕਿਹਾ ਵੀ ਗੱਲ ਮੈਂ ਕਿਹਦੇ ਨਾਲ, ਮੈਂ ਤਾਂ ਤੇਰੇ ਨਾਲ ਗੱਲ ਕਰਨੀ ਹੈਗੀ ਵੀ ਤੂੰ ਗੱਡੀ ਡਰਾਈਵ ਕਰ ਰਿਹਾ ਹੈ, ਅਤੇ ਜਿਹੜਾ ਵੀ ਬੰਦਾ ਹੈਗਾ ਉਹਨੂੰ ਇੱਥੇ ਬੁਲਾ ਲਾ, ਆਪਾਂ ਉਹਦੇ ਨਾਲ ਗੱਲ ਕਰਾਂਗੇ। ਅਤੇ ਉਹਨੇ ਨੂੰ ਜੀ ਉਹਨਾਂ ਨੇ ਉਹ ਬੰਦਾ ਬੁਲਾ ਲਿਆ ਹੈਗਾ, ਕਿ ਕਹਿੰਦਾ ਜੀ ਤੁਸੀਂ ਜੋ ਕਰਨਾ ਕਰੋ ਆਪਣੀ ਕਾਨੂੰਨੀ ਕਾਰਵਾਈ, ਵੀ ਅਸੀਂ ਤਾਂ ਇੱਦਾਂ ਹੀ ਕਰਨਾ ਹੈ। ਇੰਨੇ ਨੂੰ ਉਹ ਗੱਡੀ ਨਿਕਲ ਚੁੱਕੀ ਸੀ, ਮੈਨੂੰ ਫਿਰ ਮੈਂ ਟਰੇਸ ਕੀਤੀ ਗੱਡੀ, ਮੈਨੂੰ ਪਤਾ ਲੱਗਿਆ ਕਿ ਗੱਡੀ ਉੱਥੇ ਖੜ੍ਹੀ ਕਟਾਣੀ ਤੋਂ ਉਧਰਲੇ ਪਾਸੇ, ਅਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਉੱਥੇ ਖੜ੍ਹੀ। ਉਹ ਤੋਂ ਬਾਅਦ ਫਿਰ ਉਹਨਾਂ ਨੇ ਗੱਡੀ ਲੈ ਗਏ ਨੇ ਉੱਥੇ ਕਾਰਵਾਈ ਕਰਕੇ ਆਪਣੀ। ਸਰ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਜਿਹਦੇ ਵਿੱਚ ਕਿ ਕੁਛ ਨੌਜਵਾਨ ਕਹਿੰਦੇ ਆ ਵੀ ਅਸੀਂ ਤਾਂ ਗੱਡੀ 'ਤੇ ਇੱਦਾਂ ਹੀ ਡੈੱਕ ਲਾਵਾਂਗੇ, ਅਤੇ ਲੇਕਿਨ ਕਲੋਨੀ ਵਾਸੀ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਆ। ਇਹ 9 ਤਰੀਕ ਦੀ ਗੱਲ ਹੈ ਜੀ, ਮੈਨੂੰ ਸ਼ਿਵਜੋਤ ਵਿੱਚੋਂ ਫੋਨ ਆਇਆ ਸੀ, ਅਤੇ ਉਹਨਾਂ ਦੇ ਉੱਥੇ ਰੈਜੀਡੈਂਸ਼ਲ ਸੁਸਾਇਟੀ ਤੋਂ, ਅਤੇ ਇੱਕ ਜੀਪ ਬਿਨਾਂ ਨੰਬਰ ਤੋਂ ਘੁੰਮ ਰਹੀ ਹੈ, ਅਤੇ ਜਿਹਦੇ ਵਿੱਚ ਬੱਚਿਆਂ ਨੇ ਕੁਛ ਸਪੀਕਰ ਉੱਚੀ ਆਵਾਜ਼ ਚਲਾਏ ਸੀ। ਮੈਂ ਮੌਕੇ 'ਤੇ ਗਿਆ ਸੀ, ਅਤੇ ਮੌਕੇ 'ਤੇ ਸਾਨੂੰ ਇੱਕ ਗੱਡੀ ਜੀਪ ਜਿਹੜੀ ਛੋਟੀ ਵਾਲੀ ਪੁਰਾਣੀ ਮਾਡਲ ਦੀ ਮਿਲੀ, ਅਤੇ ਉਹਦੇ ਵਿਦਆਊਟ ਨੰਬਰ ਪਲੇਟ ਸੀ, ਅਤੇ ਉਹ ਮੈਂ ਗੱਡੀ ਵਿਦਆਊਟ ਡਾਕੂਮੈਂਟ, ਕਿਉਂਕਿ ਉਹਨਾਂ ਨੇ ਮੌਕੇ 'ਤੇ ਸਾਨੂੰ ਕੋਈ ਡਾਕੂਮੈਂਟ ਨਹੀਂ ਦਿਖਾਇਆ, ਅਤੇ ਗੱਡੀ ਅਮਪਾਊਂਡ ਕਰਤੀ ਸੀ 207 MB ਐਕਟ ਤਹਿਤ। ਸਰ ਕੋਈ ਪੁਰਾਣੀ ਉਹਦੀ ਹਿਸਟਰੀ ਵੀ ਸਾਹਮਣੇ ਆਈ ਉਹ ਨੌਜਵਾਨਾਂ ਦੀ? ਕੁਛ ਨਹੀਂ, ਪੁਰਾਣੀ ਉੱਥੇ ਸਟੂਡੈਂਟ ਨੇ, ਬੱਚੇ ਪੜ੍ਹਦੇ ਨੇ ਬੇਸਿਕਲੀ, ਵਿੱਚੋਂ J&K ਤੋਂ ਬਿਲੋਂਗ ਕਰਦੇ ਸੀ, ਅਤੇ ਇਹ ਲੇਕਿਨ ਜਿਹੜਾ ਗੱਡੀ ਦਾ ਓਨਰ ਹੈ ਉਹ ਮਾਨਸਾ ਜਾਂ ਬਠਿੰਡਾ ਬਰਨਾਲੇ ਦਾ ਹੈ। ਠੀਕ ਹੈ। ਅਤੇ ਇਨ ਫਿਊਚਰ ਅਸੀਂ ਉੱਥੇ ਜਿਹੜੇ ਹੋਰ ਸਟੂਡੈਂਟ ਸੀ ਉਹਨਾਂ ਨੂੰ ਵੀ ਹਦਾਇਤ ਕੀਤੀ ਸੀ, ਅਗਰ ਕੋਈ ਵਹੀਕਲ ਹੈ ਅਤੇ ਅਗਰ ਕੋਈ ਤੁਸੀਂ ਉੱਥੇ ਸੁਸਾਇਟੀ ਵਾਸੀਆਂ ਨੂੰ ਪਰੇਸ਼ਾਨ ਕਰੋਗੇ, ਵਿਦਆਊਟ ਨੰਬਰ ਚਲਾਓਗੇ, ਅਤੇ ਉਹਨਾਂ ਨੂੰ ਦੀ ਕਾਰਵਾਈ ਕਰਾਂਗੇ। ਸਰ ਕੁਛ ਮਕਾਨ ਜਿਹੜੇ ਮਾਲਕ ਨੇ ਉਹਨਾਂ ਨੇ ਜਿਹੜੇ ਰੈਂਟ 'ਤੇ ਦਿੱਤੇ ਹੋਏ ਆ, ਅਤੇ ਲੇਕਿਨ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ, ਉਹਨਾਂ ਨੂੰ ਵੀ ਕੋਈ ਅਪੀਲ ਕਰਨਾ ਚਾਹੁੰਦੇ ਹੋ? ਵੈਸੇ ਤਾਂ ਅਸੀਂ ਪਹਿਲਾਂ ਵੀ ਆਲਰੇਡੀ ਉੱਥੇ ਸੁਸਾਇਟੀ ਵਾਸੀਆਂ ਨੂੰ ਰਿਕੁਐਸਟ ਕੀਤੀ ਸੀ, ਤੁਸੀਂ ਜੋ ਵੀ ਆਪਣੇ ਕਿਰਾਏ ਦਾ ਰੱਖਣੇ ਉਹਨਾਂ ਦੀ ਬੜੀ ਸਿੰਪਲ ਪ੍ਰੋਸੀਜਰ ਹੈ, ਤੁਸੀਂ ਆਪਣੀ ਵੈਰੀਫਿਕੇਸ਼ਨ ਕਰਾਓ। ਠੀਕ ਹੈ ਜੀ। ਇਹ ਹੁਣ ਵੀ ਉਹਨਾਂ ਨੂੰ ਅਪੀਲ ਕੀਤੀ ਹੈ, ਅਤੇ ਲੇਕਿਨ ਇਹ ਜਿਹੜਾ ਜੀਪ ਦਾ ਓਨਰ ਦੱਸ ਰਿਹਾ ਸੀ ਇਹਦਾ ਆਪਣਾ ਫਲੈਟ ਆ ਉੱਥੇ, ਅਤੇ ਲੇਕਿਨ ਉਹ ਬੱਚੇ 4-5 ਉੱਥੇ ਘੁੰਮ ਰਹੇ ਸੀ, ਅਤੇ ਜਿਹਦੇ ਨਾਲ ਉੱਥੇ ਸੁਸਾਇਟੀ ਵਾਸੀ ਕੁਛ ਪਰੇਸ਼ਾਨ ਨਜ਼ਰ ਆਏ, ਅਤੇ
इन्हों की गड्डी इंपोर्ट करती जिद अपने सोसायटी वासी जोड़े सके उन्होंने वो अपने गाने की पुलिस कार्रवाई तो सैटिस्फाई भी हो।